ਕੋਈ ਗਲਤੀ ਨਹੀਂ ਹੈਗੀ ਉਹਦੀ ਮਤਲਬ ਸੁਖਜੀਤ ਸਿੰਘ ਕਹਿੰਦੇ ਚੋਲੇ ਤੇ ਦਾਗ ਆ ਤੇ ਮਨਿੰਦਰ ਸਿੰਘ ਕਹਿੰਦੇ ਵੀ ਬਾਬਾ ਪੂੰਝ ਜਰਾ ਇੱਥੇ ਦਾਗ ਆ ਤੇ ਮੈਂ ਕਤਲ ਕਰ ਦਿਆਂਗਾ ਮੈਂ ਬੋਲਾਂਗਾ ਮੈਂ ਖੁੱਲਣਾਗਾ ਇਹ ਨਾ ਕੋਈ ਸਮਝ ਲੈ ਕੇ ਬੋਲੇਗਾ ਨਹੀਂ ਮੈਂ ਬੋਲੂਗਾ ਹਜੇ ਮੈਂ ਤੁਹਾਨੂੰ ਇੰਨਾ ਕ ਦੱਸ ਸਕਦਾ ਕਿ ਜਿਹੜੇ ਲੋਕਾਂ ਨੇ ਇਹ ਸੋਚ ਕੇ ਗੁਰਪ੍ਰੀਤ ਦਾ ਕਤਲ ਕੀਤਾ ਕਿ ਆਵਾਜ਼ ਬੰਦ ਨਹੀਂ ਬੰਦ ਨਹੀਂ ਹੋਈ ਵਧੇਗੀ ਹੋ ਸਕਦਾ ਅਗਲੇ ਨੇ ਅਗਲੇ ਨੇ ਗੱਲ ਕੀਤੀ ਹੋਵੇ ਵੀ ਮੈਂ ਇੱਕ ਮੈਸੇਜ ਦੇ ਦਿਆਂ ਵੀ ਭਾਈ ਬਾਕੀ ਦੇ ਸੁਧਰ ਜਾਓ ਅਸੀਂ ਹਰੀ ਨੋਟਾਕ ਵਾਲੇ ਨਾ ਕਰਤਾ ਪੰਜਾਬੀ ਦਾ ਸੁਭਾਅ ਹੀ ਰਬੜ ਦੀ ਗੇਂਦ ਵਰਗਾ ਜਿੰਨਾ ਥੱਲੇ ਮਾਰੋਗੇ ਉਨਾ ਉੱਪਰ ਜਾਊਗਾ ਜਬੇ ਬਾਣ ਲੱਗੋ ਤਬੇ ਰੋਸ ਜਾਗੇ ਹੋ ਸਕਦਾ ਅਗਲੇ ਨੇ ਆਪਦੀ ਤਬੂਕ ਵਿੱਚ ਕਿਲ ਠੋਕ ਲਿਆ ਹੋਵੇ ਜੇ ਕੋਈ ਬੰਦੇ ਘਰੇ ਆ ਕੇ ਮਾਰਦੇ ਆ ਇਹਦਾ ਮਤਲਬ ਫੇਲਿਆ ਸਾਰਾ ਕੁਝ ਉਹ ਬੰਦੇ ਕਿਹਨੇ ਭੇਜਿਆ ਕੌਣ ਬੰਦਾ ਆ ਜਿਹੜੇ ਪੰਜਾਬ ਦੀ ਸ਼ਾਂਤ ਫਿਜ਼ਾ ਨੂੰ ਲਾਂਬੂ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਜੇ ਐਂ ਚੱਲਦਾ ਰਿਹਾ ਫੇ ਤਾਂ ਸਾਰਿਆਂ ਦੇ ਘਰੇ ਅੱਗਾਂ ਗਈ ਅਲੋਚਕ ਫਿਰ ਖਤਮ ਹੋ ਜਾਣਗੇ ਮਤਲਬ ਅਲੋਚਕਾਂ ਨੂੰ ਮਾਰ ਦਿੱਤਾ ਜਾਊਗਾ ਗੋਲੀ ਮਾਰ ਦਿੱਤੀ ਜਾਊਗੀ ਕੁਝ ਸਾਈਟਾਂ ਨੇ ਉਹਨਾਂ ਨੇ ਇਹਨੂੰ ਪਿੰਡ ਦੀ ਸਰਪੰਚੀ ਦੀ ਕਲੇਸ਼ ਦਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਇੱਧਰ ਮੋੜਨ ਦੀ ਇਹ ਨੀਤੀ ਤੇ ਚੱਲਦੇ ਨੇ ਲੋਕ ਕਿ ਸੋਸ਼ਲ ਮੀਡੀਆ ਤੇ ਰੌਲਾ ਪਾ ਦਿਓ ਗੱਲ ਨੂੰ ਦੂਜੇ ਪਾਸੇ ਘੁਮਾ ਦਿਓ ਇਦਾਂ ਕੋ ਮਿੰਨ ਨਹੀਂ ਦੇਣ ਇਹ ਕੋਈ ਹੈਗਾ ਸਿਕਾ ਹੋਰ ਧਰਮ ਦਾ ਬੰਦਾ ਪੰਜ ਕਕਾਰਾਂ ਦਾ ਧਾਰਨੀ ਸੀ ਅਮਰਤਾਰੀ ਸੀ ਪੰਜ ਬਾਣੀਆਂ ਦਾ ਨਿਤਨੇਮੀ ਸੀ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਡਰ ਪੈ ਨਹੀਂ ਹੈਗਾ ਇਹ ਦਰਿੰਦਗੀ ਸ਼ਰਿਆਮ ਕੀਤੀ ਆ ਪੁਲਿਸ ਤੰਤਰ ਦੇ ਨਾਲ ਵੀ ਮਜ਼ਾਕ ਆ ਤੇ ਪੰਜਾਬ ਦੀ ਸ਼ਾਂਤੀ ਦੇ ਵਿੱਚ ਤੇਲ ਪੈਟਰੋਲ ਦਾ ਡੱਬਾ ਆ ਗੁਰੂ ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ। ਆਲੋਚਕ ਤੋਂ ਵੀ ਗਾਂ ਚਲੇ ਗਏ ਉਹ ਤਾਂ ਵੀ ਜੇ ਬੁਰੇ ਦਾ ਭਲਾ ਕਰ ਗੁੱਸਾ ਮਨਣਾ ਹਟਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ। ਫਰੀਦਾ ਜੈਤਨ ਮਾਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਣੜੇ ਘਰ ਜਾਈਏ ਪੈਰ ਤਿਨਾਂ ਕੇ ਚੁੰਮ ਗਰਬਾਣੀ ਆ ਕਹਿੰਦੀ। ਗਰਬਾਣੀ ਇਹ ਕਹਿੰਦੀ ਨਹੀਂ ਵੀ ਮਾਰ ਦੋ। ਇਹ ਸਾਡੇ ਨਾਲ ਆ ਬਾਈ ਸੁਖਜੀਤ ਖੋਸੇ ਜੀ ਨੇ ਖੋਸੇ ਸਾਹਿਬ ਗੁਰਪ੍ਰੀਤ ਨੂੰ ਤੁਸੀਂ ਵੀ ਲੰਬੇ ਸਮੇਂ ਤੋਂ ਜਾਣਦੇ ਸੀ ਕੀ ਕਾਰਨ ਆਉਂਦਾ ਕਿਉਂ ਦਿਨ ਦਿਹਾੜੇ ਉਹ ਵੀ ਪਿੰਡ ਚ ਆ ਕੇ ਇਸ ਤਰੀਕੇ ਦੇ ਦੇਖੋ ਜੀ ਹਾਲ ਦੀ ਘੜੀ ਕੁਝ ਕਹਿਣਾ ਕਾਲੀ ਆ ਪਰ ਜਿਹੜੀ ਨੀਅਤ ਦੇ ਨਾਲ ਕਤਲ ਕੀਤਾ ਗਿਆ ਜਿਹੜੀ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ ਉਹ ਮਨੁੱਖਾਂ ਵਾਲਾ ਕਾਰਾ ਨਹੀਂ ਹੈਗਾ ਉਹ ਇੱਕ क्रूरਤਾ ਆ ਉਹ ਇੱਕ ਰਾਖਸ਼ਾਂ ਵਾਲਾ ਗੱਲ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਕਹਿਣਾ ਤੇ ਸੁਣਨਾ ਇਹ ਵਿਰੋਧਤਾ ਤੇ ਆਲੋਚਨਾ ਦੋ ਚੀਜ਼ਾਂ ਨੇ ਪਰ ਜੇ ਇਹ ਗੱਲ ਕਿਉਂਕਿ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਜੀ ਆਪਣੇ ਹਜੇ ਅੰਦਾਜ਼ੇ ਆ ਬਿਲਕੁਲ ਸਰ ਅੰਦਾਜ਼ੇ ਤਾਂ ਲੱਗਦੇ ਆ ਕਿ ਕੁਝ ਸਾਈਟਾਂ ਨੇ ਤੁਸੀਂ ਵੀ ਦੇਖਿਆ ਜੀ ਉਹਨਾਂ ਨੇ ਇਹਨੂੰ ਪਿੰਡ ਦੀ ਸਰਪੰਚੀ ਦੀ ਕਲੇਸ਼ ਦਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਇੱਧਰ ਮੋੜਨ ਦੀ ਗੱਲ ਹੈ ਇੱਧਰ ਮੋੜਨ ਦੀ ਅ ਅਸੀਂ ਉਹਦੇ ਨਾਲ ਸਨੇਹ ਰੱਖਣ ਵਾਲੇ ਆ ਉਹ ਬੱਚਾ ਨੌਜਵਾਨ ਬੱਚਾ ਮੇਰੇ ਨਾਲ ਕਾਫੀ ਮੈਨੂੰ ਤਾਂ 6:30 ਵਜੇ ਪਤਾ ਲੱਗਦਾ ਤੇ ਜਿਹੜੇ ਉਹ ਲੋਕ ਆ ਉਹ 6:30 ਪੌਣੇ 7 ਪੋਸਟਿਡ ਕਲੀਅਰ ਕਰ ਦਿੰਦੇ ਆ ਉਹਨਾਂ ਕੋਲ ਕਿਹੜੀ ਅਥਾਰਟੀ ਹੈਗੀ ਲੋਕਾਂ ਕੋਲ ਇੱਥੋਂ ਪਤਾ ਲੱਗਦਾ ਕਿ ਚੋਰ ਦੀ ਦਾੜ੍ਹੀ 'ਚ ਤਣਕਾ ਹਾਂ ਹਜੇ ਵੀ ਇੱਕ ਜ਼ਿੰਮੇਵਾਰ ਮਨੁੱਖ ਹੋਣ ਦੇ ਰਾਤੇ ਮੈਂ ਕਹਿੰਦਾ ਕਿ ਅਸੀਂ ਕਿਸੇ ਤੇ ਇਲਜ਼ਾਮ ਹਜੇ ਵੀ ਨਹੀਂ ਲਾਉਂਦੇ ਚਾਹੀਦਾ ਵੀ ਕਾਲੀ ਚ ਹਜੇ ਇਹਦੀ ਜਿਹੜੀ ਡੀਪਲੀ ਇਨਵੈਸਟੀਗੇਸ਼ਨ ਹੋਣੀ ਜ਼ਰੂਰੀ ਆ ਕਿਉਂਕਿ ਇਹ ਜਿਹੜੀ ਗੱਲ ਹੋਈ ਆ ਇਹਦੇ ਨਾਲ ਕੋਈ ਵੀ ਮਨੁੱਖ ਸੇਫ ਨਹੀਂ ਹੈਗਾ ਪੰਜਾਬ ਵਿੱਚ ਜੀ ਇਹ ਸਰਕਾਰ ਪੰਜਾਬ ਤੇ ਪ੍ਰਸ਼ਾਸਨ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿਉਂ ਕਿ ਮਹਿਜ ਘਰ ਤੋਂ 1.5 ਕਿੱਲੇ ਦੀ ਵਾਟ ਜਾਂ ਕਹਿ ਲੋ ਵੀ 300 ਮੀਟਰ ਦੀ ਵਾਟ ਤੇ ਜੀ ਮਤਲਬ ਘਰੇ ਆ ਕੇ ਤੇ ਜੇ ਕੋਈ ਬੰਦੇ ਘਰੇ ਆ ਕੇ ਮਾਰਦੇ ਆ ਤੇ ਦਾ ਮਤਲਬ ਫੇਲਿਆ ਸਾਰਾ ਕੁਝ ਹਥਿਆਰਾਂ ਦੇ ਨਾਲ ਕਤਲ ਹੋਇਆ ਆ ਕੋਡ ਆਫ ਕੰਡਕਟ ਲੱਗਾ ਹੋਇਆ ਪੰਜਾਬ ਚ ਇਲੈਕਸ਼ਨ ਆ ਬਿਲਕੁਲ ਤੇ ਵੈਪਨ ਤੇ ਕਹਿੰਦੇ ਸਾਰੇ ਜਮ੍ਹਾਂ ਹੋਏ ਆ ਤੇ ਫਿਰ ਜਿਹੜੇ ਵੈਪਨਾਂ ਨਾਲ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰੀ ਉਹ ਕਿੱਥੋਂ ਆਏ ਇਹ ਸਵਾਲ ਆ ਥਾਂ ਥਾਂ ਨਾਕੇ ਥਾਂ ਥਾਂ ਨਾਕੇ ਲੱਗੇ ਹੋਏ ਆ ਹੁਣ ਰਾਤ ਐਸਐਸਪੀ ਸਾਹਿਬ ਦੂਜੇ ਇੰਟੈਲੀਜੈਂਸੀ ਵਾਲੇ ਵੀ 1.5 2 ਵਜੇ ਤੱਕ ਅਸੀਂ ਇੱਥੇ ਇਕੱਠੇ ਰਹੇ ਆ ਲੱਗੇ ਹੋਏ ਆ ਪਰ ਉਹਨਾਂ ਚਿਰ ਦਿਲ ਨੂੰ ਠਰਾਸ ਨਹੀਂ ਮਿਲਦੀ ਜਿੰਨਾ ਚਿਰ ਉਹ ਬੰਦੇ ਸਾਹਮਣੇ ਨਹੀਂ ਆਉਂਦੇ ਦੂਜਾ ਉਹ ਬੰਦੇ ਹਾਇਰ ਕੀਤੇ ਆ ਉਹ ਬੰਦੇ ਕਿਹਨੇ ਭੇਜੇ ਆ? ਕੌਣ ਬੰਦਾ ਆ ਜਿਹੜੇ ਪੰਜਾਬ ਦੀ ਸ਼ਾਂਤ ਫਿਜ਼ਾ ਨੂੰ ਲਾਂਬੂ ਲਾਂਬੂ ਲੋਂ ਦੀ ਕੋਸ਼ਿਸ਼ ਕਰਦਾ। ਹੂੰ ਤੇ ਐ ਜੇ ਐਂ ਚੱਲਦਾ ਰਿਆ ਹੂੰ ਫੇ ਤਾਂ ਸਾਰਿਆਂ ਦੇ ਘਰੇ ਅੱਗ ਆ ਗਈ। ਹੂੰ ਫੇ ਤਾਂ ਆਇਲ ਐ ਤਾਂ ਤੁਸੀਂ ਚੈਨਲ ਵਾਲੇ ਵੀ ਤੇ ਕਰਦੇ ਹੀ ਹੋ ਅਲੋਚਨਾ ਤੁਸੀਂ ਵੀ ਬਹੁਤ ਬੋਲ ਤੁਸੀਂ ਵੀ ਮੈਂ ਵੀ ਮੈਂ ਵੀ ਕਰਦਾ ਅਲੋਚਕ ਫੇਰ ਖਤਮ ਹੋ ਜਾਣਗੇ। ਹੂੰ ਮਤਲਬ ਆਲੋਚਕਾਂ ਨੂੰ ਮਾਰ ਦਿੱਤਾ ਜਾਊਗਾ। ਗੋਲੀ ਮਾਰ ਦਿੱਤੀ ਜਾਊਗੀ। ਇਹ ਵੱਡਾ ਚਿੰਤਾ ਦਾ ਵਿਸ਼ਾ ਆ ਔਰ ਸਰਕਾਰ ਦੇ ਕਾਰਗੁਜ਼ਾਰੀ ਉੱਤੇ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਮੈਂ ਕਹੂੰਗਾ ਕਿ ਹੁਣ ਗੁਰਪ੍ਰੀਤ ਵਰਗੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਖੂਨ ਦੇ ਧੱਬੇ ਪਏ ਤੇ ਇਹ ਧੋਣ ਵਾਸਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪਾਰਦਰਸ਼ੀ ਹੋਣਾ ਜ਼ਰੂਰੀ ਆ ਕਿ ਵੀ ਮੰਨਦੇ ਹੋ ਕਿ ਕਿੰਨੇ ਬੇਖੌਫ ਹੋਣਗੇ ਕਿਉਂਕਿ ਕਿ ਘਰ ਦੇ ਵਿੱਚ ਬਿਲਕੁਲ ਜਿਵੇਂ ਤੁਸੀਂ ਵੀ ਗੱਲ ਕਰਿਆ ਕਿ ਮਹਿਜ਼ ਇੱਕ ਕਿਲੇ ਦੀ ਬਾਟ 300 ਮੀਟਰ ਤੇ ਕਿ ਜਿਹੜੇ ਕਾਤਲ ਨੇ ਉਹ ਕਿੰਨੇ ਬੇਖੌਫ ਹੋਣਗੇ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਬਿਲਕੁਲ ਪਿੰਡ ਦੇ ਵਿਚਾਲੇ ਘਰ ਦੇ ਵਿੱਚ ਆ ਕੇ ਕਤਲ ਕੀਤਾ ਦੇਖੋ ਜੀ ਦੋ ਹੀ ਗੱਲਾਂ ਨੇ ਜਾਂ ਤਾਂ ਸਟੇਟ ਦਾ ਥਾਪੜ ਆ ਵੀ ਚੱਲ ਸ਼ੇਰਾ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਹੁਣ ਸਟੇਟ ਕਿੰਨੇ ਆ ਭਾਗਾਂ ਚ ਕੰਮ ਕਰਦੀ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਕਿੱਦਾਂ ਦਾ ਇਹਦਾ ਕਾਰਜ ਆ ਜਾਂ ਫਿਰ ਜਿਹੜੀ ਪਿਛਲੇ ਬੰਨੇ भेजण ਕਰਨ ਵਾਲੇ ਲੋਕ ਹੈਗੇ ਆ ਜੀ ਉਹ ਇੰਨੇ ਕਿ ਜ਼ਿਆਦੇ ਪਾਵਰਫੁਲ ਆ ਕਿ ਉਹ ਆਪਣਾ ਜੀ ਉਹਨਾਂ ਨੂੰ ਡਰ ਹੀ ਨਹੀਂ ਹੈ ਉਹ ਸਿਸਟਮ ਨੂੰ ਟਿਚਰ ਕਰਕੇ ਗਿਆ ਜਾਂ ਤਾਂ ਸਟੇਟ ਸਿੱਧੀ ਇਨਵੋਲ ਵਾ ਜੀ ਤੇ ਜੇ ਸਟੇਟ ਕਹਿੰਦੀ ਆ ਕਿ ਇਹ ਸਟੇਟ ਦਾ ਮਾਹੌਲ ਖਰਾਬ ਕਰਨ ਵਾਲੇ ਲੋਕ ਆ ਤਾਂ ਫਿਰ ਸਟੇਟ ਨੂੰ ਸਾਹਮਣੇ ਲੈ ਆਉਣੀ ਚਾਹੀਦੀ ਆ ਦੋ ਗੱਲਾਂ ਤੇ ਦੂਜੀ ਬੇਖੌਫੀ ਤੇ ਜਿਹੜੀ ਉਹ ਜੱਗਜ਼ਾਰ ਆ ਕਿਉਂਕਿ ਇੱਕ ਕਲਿੱਪ ਵੇਖਿਆ ਸੀਗਾ ਹਜੇ ਕੈਂਡੀ ਮੰਗਿਓ ਨਾ ਦੇਣਾ ਨਹੀਂ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਦੇ ਵਿੱਚ ਤਾਂ ਯਾਰ ਉਹ ਤਾਂ ਭੱਜੇ ਫਿਰਦੇ ਆ ਉਹ ਤਾਂ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਉਹ ਉਹਨਾਂ ਨੂੰ ਕੋਈ ਉਹਨਾਂ ਦੇ ਬੰਦੇ ਦੀ ਕੱਲਾ ਮੱਥੇ ਤੇ ਨਹੀਂ ਹੁੰਦਾ ਵੀ ਮੱਥੇ ਤੇ ਛਿਕਨ ਹੁੰਦਾ ਬੋਡੀ ਪਰਫਾਰਮੈਂਸ ਤੋਂ ਪਤਾ ਲੱਗ ਜਾਂਦਾ ਇੱਥੋਂ ਮੁੰਡੇ ਨੂੰ ਗੋਲੀਆਂ ਮਾਰੀਆਂ ਫਿਰ ਇੱਥੋਂ ਮੇਰਾ ਖਿਆਲ ਤਿੰਨ ਚਾਰ ਸੌ 300 ਮੀਟਰ 400 ਮੀਟਰ ਉਹ ਘਰ ਦੂਰ ਆ ਉਹ ਗਲੀ ਇੰਨਾ ਭੱਜਿਆ ਪਿੱਛੇ ਜਾ ਕੇ ਫੇਰ ਉੱਥੋਂ ਪਿੱਛੇ ਭੱਜਦੇ ਆਉਂਦੇ ਆ ਫਿਰ ਉਹਨਾਂ ਦਾ ਇੱਕ ਬੰਦਾ ਵੀ ਰਹਿ ਜਾਂਦਾ ਇੱਥੇ ਉਹਨਾਂ ਨਾਲ ਉਹ ਵੀ ਕੁਝ ਗੱਲਾਂ ਇਦਾਂ ਦੀਆਂ ਹੈ ਆ ਕਿ ਉਹਨਾਂ ਦੇ ਮਤਲਬ ਕੋਈ ਵੀ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਡਰ ਪੈ ਨਹੀਂ ਹੈਗਾ ਸਿਕਾ ਇਹ ਦਰਿੰਦਗੀ ਸ਼ਰਿਆਮ ਕੀਤੀ ਆ ਇਹ ਲੋਕਤੰਤਰ ਦੇ ਨਾਲ ਵੀ ਮਜ਼ਾਕ ਆ ਪੜਸਤੰਤਰ ਦੇ ਨਾਲ ਵੀ ਮਜ਼ਾਕ ਆ ਤੇ ਪੰਜਾਬ ਦੀ ਸ਼ਾਂਤੀ ਦੇ ਵਿੱਚ ਤੇਲ ਪੈਟਰੋਲ ਦਾ ਡੱਬਾ ਆ ਇਹ ਕਿ ਕੀ ਲੱਗਦਾ ਗੁਰਪ੍ਰੀਤ ਦੀ ਗਲਤੀ ਕੀ ਹੈ ਗਲਤੀ ਕੀ ਮੰਨਦੇ ਹੋਏ ਜਿਹੜੀ ਇਹੋ ਜੀ ਸਜ਼ਾ ਦੇਣੀ ਇੱਕ ਮਨੁੱਖ ਦੀ ਜਾਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਤਲਬ ਗੁਰਬਾਣੀ ਵੀ ਨਹੀਂ ਇਹ ਗੱਲਾਂ ਨੂੰ ਕਹਿੰਦੀ ਪਰ ਇਸ ਤੇ ਉਹਦੀ ਏਡੀ ਕੀ ਗਲਤੀ ਹੋਈ ਜਿਹੜੀ ਉਹਦੀ ਇਸ ਤਰੀਕੇ ਨਾਲ ਜਾਨ ਲੈ ਲਈ ਕੋਈ ਗਲਤੀ ਨਹੀਂ ਹੈਗੀ ਉਹਦੀ ਮਤਲਬ ਸੁਖਜੀਤ ਸਿੰਘ ਖੋਸੇ ਦੇ ਚੋਲੇ ਤੇ ਦਾਗ ਆ ਤੇ ਮਨਿੰਦਰ ਸਿੰਘ ਕਹਦੇ ਵੀ ਬਾਬਾ ਪੂੰਝ ਜਰਾ ਹੂੰ ਇੱਥੇ ਦਾ ਆ ਗਿਆ ਤੇ ਮੈਂ ਕਤਲ ਕਰ ਦਿਆਂਗਾ ਇਹ 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 ਇਹਦਾ ਇਹਦਾ ਇਹ ਮਸਲਾ ਨਹੀਂ ਹੈਗਾ ਕਿ ਮੇਰੇ ਮੇਰੇ ਜਿਹੜੇ ਕੋਈ ਕੋਈ ਵੀ ਏ ਬੀ ਸੀ ਹਜੇ ਮੈਂ ਮੈਂ ਬੋਲਾਂਗਾ ਮੈਂ ਖੁੱਲਣਾਗਾ ਇਹ ਨਾ ਕੋਈ ਸਮਝ ਲੈ ਕੇ ਬੋਲੇਗਾ ਨਹੀਂ ਬੋਲਦੇ ਰਹੇ ਮੈਂ ਬੋਲੂਗਾ ਬੋਲੂਗਾ ਉਹ ਦਿਨ ਜਦੋਂ ਇਨਵੈਸਟੀਗੇਸ਼ਨ ਕੁਝ ਆ ਜਾਏਗੀ ਹਜੇ ਮੈਂ ਕੁਝ ਬੋਲਾਂਗਾ ਹਜੇ ਮੈਂ ਤੁਹਾਨੂੰ ਇੰਨਾ ਕੁ ਦੱਸ ਸਕਦਾ ਕਿ ਜਿਹੜੇ ਲੋਕਾਂ ਨੇ ਇਹ ਸੋਚ ਕੇ ਗੁਰਪ੍ਰੀਤ ਦਾ ਕਤਲ ਕੀਤਾ ਕਿ ਆਵਾਜ਼ ਬੰਦ ਨਹੀਂ ਬੰਦ ਨਹੀਂ ਹੁਈ ਵਧੇਗੀ ਹੂੰ ਹੋ ਸਕਦਾ ਇੰਨੀ ਜਿਆਦੀ ਵਧੇ ਕਿ ਤੁਹਾਨੂੰ ਸੰਭਲਣੀ ਔਖੀ ਹੋ ਜਾਏ ਹੂੰ ਤੁਸੀਂ ਆਪਣੇ ਘਰ ਵਿੱਚ ਇਸ ਗੱਲ ਦੀ ਖੁਸ਼ੀ ਨਾ ਮਨਾਓ ਜਿਨ੍ਹਾਂ ਨੇ ਵੀ ਕੀਤਾ ਕਿ ਅਸੀਂ ਗੁਰਪ੍ਰੀਤ ਨੂੰ ਖਮੋਸ਼ ਕਰਤਾ ਅਸੀਂ ਕੱਲ ਵੀ ਖੜੇ ਸੀ ਅੱਜ ਵੀ ਖੜੇ ਆ ਤੇ ਖੜੇ ਰਹਾਂਗੇ ਹੂੰ ਔਰ ਅੰਜਾਮ ਤੱਕ ਪਚਾ ਕੇ ਛੱਡਾਂਗੇ ਇਹ ਇੱਕ ਲੱਕਣਾ ਥੱਲੇ ਨਹੀਂ ਗੁਰਪ੍ਰੀਤ ਨੂੰ ਅਸੀਂ ਦਿ ਮਤਲਬ ਤੁਹਾਡਾ ਜਿਹੜਾ ਜਿਹੜਾ ਵੀ ਕਿਸੇ ਦਾ ਮਨਸੂਬਾ ਕਿ ਮੁੰਡੇ ਨੂੰ ਮਾਰਤਾ ਨੌਜਵਾਨ ਨੂੰ ਤੇ ਅਸੀਂ ਲੱਕੜਾਂ ਥੱਲੇ ਦੇਤਾ ਤੇ ਗੱਲ ਖਤਮ ਹੋ ਗਈ ਗੱਲ ਸ਼ੁਰੂ ਹੋਈ ਹੈ ਜਿਵੇਂ ਤੁਸੀਂ ਗੱਲ ਕਰੀਆ ਕਿ ਸ਼ਾਇਦ ਆਵਾਜ਼ ਦੱਬਣ ਦੇ ਲਈ ਐਸਾ ਕੁਝ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਆਲੋਚਨਾ ਨੂੰ ਦੱਬਿਆ ਜਾ ਸਕਦਾ ਜਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਬੰਦ ਕਰਵਾਇਆ ਜਾ ਸਕਦਾ ਨਹੀਂ ਪੰਜਾਬੀ ਦਾ ਸੁਭਾਅ ਹੀ ਰਬੜਦੀ ਗੇਂਦ ਵਰਗਾ ਜਿੰਨਾ ਥੱਲੇ ਮਾਰੋਗੇ ਉਨਾ ਉੱਪਰ ਜਾਊਗਾ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਹੋ ਸਕਦਾ ਅਗਲਿਆਂ ਨੇ ਆਪਦੇ ਤਬੂਕ ਵਿੱਚ ਕਿਲ ਠੋਕ ਲਿਆ ਹੋਵੇ ਇਹ ਹੈ ਨਾ ਇਹ ਕਈ ਵਾਰ ਅਸੀਂ ਕਰਦੇ ਕੁਝ ਹੁੰਨੇ ਆ ਉਹਦੇ ਰਿਜ਼ਲਟ ਤੇ ਬਾਅਦ ਚ ਨਿਕਲਨੇ ਆ ਹਾਂਜੀ ਹਾਂਜੀ ਇੱਕ ਇੱਕ ਮੰਨ ਲਓ ਕੋਈ ਬੰਦਾ ਕਿਸ ਦੀ ਆਲੋਚਨਾ ਕਰਦਾ ਤੁਸੀਂ ਲੰਮਾ ਸਮਾਂ ਗੁਰਬਾਣੀ ਵੀ ਪੜਦੇ ਹੋ ਤੁਸੀਂ ਲਗਾਤਾਰ ਸਤਕਾਰ ਕਮੇਟੀ ਦੇ ਵੀ ਹੋ ਗੁਰਬਾਣੀ ਕੀ ਕਹਿੰਦੀ ਹੈ ਆਲੋਚਕ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੀ ਹੈ ਜੇ ਕੋਈ ਆਲੋਚਨਾ ਵੀ ਕਰਦਾ ਗੁਰੂ ਸਾਹਿਬ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਆਲੋਚਕ ਤੋਂ ਵੀ ਗਾਂ ਚਲੇ ਗਏ ਉਹ ਤਾਂ ਵੀ ਜੇ ਬੁਰੇ ਦਾ ਭਲਾ ਕਰ ਗੁੱਸਾ ਮਨਨਾ ਹਟਾਏ ਦੇਹੀ ਰੋਗ ਨ ਲੱਗੀ ਪੱਲੇ ਸਭ ਕੁਝ ਪਾਏ ਫਰੀਦਾ ਜੈਤਨ ਮਾਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਣੜੇ ਘਰ ਜਾਈਏ ਪੈਰ ਤਿਨਾਂ ਕੇ ਚੁੰਮ ਗਰਬਾਣੀ ਆ ਕਹਿੰਦੀ ਹੈ ਗਰਬਾਣੀ ਇਹ ਕਹਿੰਦੀ ਨਹੀਂ ਵੀ ਮਾਰ ਦੋ ਕੋਈ ਇਹ ਕੋਈ ਹੈਗਾ ਸਿਗਾ ਹੋਰ ਧਰਮ ਦਾ ਬੰਦਾ ਪੰਜ ਕਕਾਰਾਂ ਦਾ ਧਾਰਨੀ ਸੀ ਅਮਰਤ ਧਾਰੀ ਸੀ ਪੰਜ ਬਾਣੀਆਂ ਦਾ ਨਿਤਨੇਮੀ ਸੀ ਵਿਚਾਰਕ ਮਤ ਭੇਦ ਹੋਣੇ ਕੋਈ ਵੱਡੀ ਗੱਲ ਨਹੀਂ ਵਖਰੇਵੇਂ ਹੈਗੇ ਆ ਬਹੁਤ ਕੁਝ ਚੱਲ ਰਿਹਾ ਦੁਨੀਆ ਤੇ ਉਹ ਤਾਂ ਦੂਜੀਆਂ ਮਤਲਬ ਦੂਜੇ ਵਿਚਾਰਾਂ ਨਾਲ ਦੂਜੇ ਧਰਮ ਦੇ ਵਿਚਾਰਾਂ ਨਾਲ ਐਂਟੀ ਵਿਚਾਰਾਂ ਨਾਲ ਵੀ ਬੰਦਾ ਚੱਲਦਾ ਹੈ ਇੱਥੇ ਤਾਂ ਫਿਰ ਵੇਖੋ ਇੱਥੇ ਬਹੁਤ ਕੁਝ ਜਿਹੇ ਲੋਕ ਰਹਿੰਦੇ ਆ ਜਿਨ੍ਹਾਂ ਦਾ ਕੋਈ دین ਨਹੀਂ ਧਰਮ ਨਹੀਂ ਉਹਨਾਂ ਦੇ ਡੇਰੇ ਡੂਰੇ ਚੱਲਦੇ ਆ ਸਭ ਕੁਝ ਚੱਲਦਾ ਅਗਲੇ ਚੱਲਦੇ ਆ ਇੱਥੇ ਸਾਡਾ ਜਿਹੜਾ ਦੇਸ਼ ਹੈਗਾ ਜਿੱਥੇ ਅਸੀਂ ਰਹਿੰਦੇ ਆ ਭਾਵੇਂ ਕਿ ਚਲੋ ਸਿੱਖਾਂ ਨੂੰ ਪੂਰੀ ਫ੍ਰੀडम ਨਹੀਂ ਹੈਗੀ ਪਰ ਫਿਰ ਵੀ ਇੱਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੱਤਾ ਹੋਇਆ ਤੇ ਲੋਕ ਗੱਲ ਕਰਦੇ ਆ ਤੇ ਇਨ ਇੰਦਾ ਮਤਲਬ ਗੁਰਪ੍ਰੀਤ ਸਿੰਘ ਤੇ ਇੱਕ ਗੁਰੂ ਨਾਨਕ ਦੇ ਪਾਤਸ਼ਾਹ ਦੇ ਨਿਰਮਲਾਰੇ ਪੰਥ ਦਾ ਇੱਕ ਫੌਲ ਸੀਗਾ ਉਹਦੇ ਉਹਦਾ ਇੱਕ ਮਤਲਬ ਪਹਿਰੇਦਾਰ ਸੀਗਾ ਤੇ ਹਰ ਸਿੱਖ ਦਾ ਫਰਜ ਬਣਦਾ ਜਿੱਥੇ ਵੀ ਕੋਈ ਗੱਲ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਮਤਲਕ ਜਾਂ ਮਰਿਆਦਾ ਦੇ ਮਤਲਕ ਜਾਂ ਕੋਈ ਮੇਰੇ ਵਰਗਾ ਭੇਖੀ ਬੰਦਾ ਕੋਈ ਗੱਲ ਸਿਧਾਂਤਾਂ ਦੇ ਉਲਟ ਕਰਦਾ ਤੇ ਉਹਨੂੰ ਉਂਗਲ ਕਰਕੇ ਦੱਸਣਾ ਵੀ ਭਾਈ ਨਾ ਹੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਰਾਜੇ ਸੀ ਮਕਦਮ ਕੁੱਤੇ ਤੇ ਇਹ ਇੱਥੇ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਹੋ ਜੇ ਅਸੀਂ ਗੱਲ ਕਰੀਏ ਕਿ ਰਿਪੋਰਟਾਂ ਕੋਈ ਸਰਪੰਚੀ ਦੇ ਮਸਲੇ ਦੇ ਨਾਲ ਜੋੜ ਕੇ ਦਿਖਾ ਰਹੀਆਂ ਨੇ ਕੁਝ ਰਿਪੋਰਟਾਂ ਜਿਹੜੀਆਂ ਨੇ ਉਹ ਵੀ ਕਰ ਰਹੀਆਂ ਤੁਹਾਨੂੰ ਲੱਗਦਾ ਕਿ ਐਸਾ ਜਾਣ ਬੁਝਕੇ ਕੀਤਾ ਜਾ ਰਿਹਾ ਹਾਂਜੀ ਵੇਖੋ ਪਤਾ ਕੀ ਹੁੰਦਾ ਜੀ ਉਹ ਗੱਲ ਲੰਬੀ ਹੋ ਜੂ ਕੋਈ ਭਲਾ ਮਾਨਸ ਬੰਦਾ ਬੱਕਰੇ ਦੇ ਬੱਚੇ ਲੈ ਆਇਆ ਦੋ ਤੇ ਚਾਰ ਬਦਮਾਸ਼ ਰਲ ਗਏ ਉਹ ਕਹਿੰਦੇ ਕੀ ਕਰੀ ਜਾਨਾ ਓਏ ਕੁੱਤਾ ਚੱਕੀਓ ਨਾ ਉਹ ਕਹਿੰਦਾ ਨਹੀਂ ਨਹੀਂ ਬੱਕਰਾ ਉਹ ਜੋਰ ਵਾਲਾ ਪਾਇਆ ਉਹਨੇ ਅੱਕ ਕੇ ਸੜਦਾ ਕਹਿੰਦਾ ਕੁੱਤਾ ਹੀ ਹੋਣਾ ਇਹ ਨੀਤੀ ਤੇ ਚੱਲਦੇ ਨੇ ਲੋਕ ਕਿ ਸੋਸ਼ਲ ਮੀਡੀਆ ਤੇ ਰੌਲਾ ਪਾ ਦਿਓ ਕੁੱਤਾ ਹੀ ਸਮਝ ਲੈਣਾ ਗੱਲ ਨੂੰ ਦੂਜੇ ਪਾਸੇ ਕਮਾ ਦਿਓ ਇਦਾਂ ਕੋ ਮਣ ਨਹੀਂ ਦੇਾਂਗੇ ਨਹੀਂ ਕੁੰਮਣੀ ਇਹ ਤੁਸੀਂ ਤੁਹਾਡਾ ਵੀ ਲਮਾ ਤੇ ਆ ਰਿਹਾ ਸਰਪੰਚੀਆਂ ਆਪਾਂ ਵੀ ਦੇਖਿਆ ਸਰਪੰਚਾਂ ਦੇ ਵਿੱਚ ਇੱਕ ਸਿੱਧੀ ਟਸਲ ਜ਼ਰੂਰ ਹੋ ਜਾਂਦੀ ਕਿਤੇ ਲੜਾਈ ਮਾੜੀ ਮੋਟੀ ਪਿੰਡ ਦੇ ਵਿੱਚ ਹੋ ਜੇ ਐਡੇ ਲੈਵਲ ਤੇ ਤਾਂ ਕੋਈ ਬੰਦਾ ਕਿਸੇ ਨਾਲ ਜਾਣਦਾ ਹੀ ਨਹੀਂ ਮਨਿੰਦਰ ਜੀ ਘਰ ਭਰਿਆ ਪਿਆ ਇੱਕ ਧੜੇ ਦੇ ਤ ਨਹੀਂ ਲੋਕ ਹੋਣੇ ਸਾਰਾ ਪਿੰਡ ਆਇਆ ਪਿਆ ਪਿੰਡਾਂ 'ਚ ਵੋਟਾਂ ਹੁੰਦੀਆਂ ਨੇ, ਇਲੈਕਸ਼ਨਾਂ ਹੁੰਦੀਆਂ ਨੇ। ਇਦਾਂ ਨਹੀਂ। ਤੇ ਇਲੈਕਸ਼ਨ ਵਾਲੇ ਨੇ ਇਹ ਗੱਲ ਨਹੀਂ ਸੀ ਕਰਕੇ ਆਉਣਾ ਜੇ ਇਲੈਕਸ਼ਨ ਦੀ ਗੱਲ ਕਰੀ ਵੀ ਹਰੀ ਨੋਟਾਕ ਜਿਹੜਾ ਚਲਾਉਂਦਾ ਮੁੰਡਾ। ਉਹਨੂੰ ਤਾਂ ਪਤਾ ਹੀ ਹੈ। ਜਦੋਂ ਚੋਰ ਆਉਂਦਾ ਨਾ ਹੋ ਸਕਦਾ ਅਗਲੇ ਨੇ ਅਗਲੇ ਨੇ ਗੱਲ ਕੀਤੀ ਹੋਵੇ ਵੀ ਮੈਂ ਇੱਕ ਮੈਸੇਜ ਦੇ ਦਿਆਂ ਵੀ ਭਾਈ ਬਾਕੀ ਦੇ ਸੁਧਰ ਜਾਓ। ਅਸੀਂ ਹਰੀ ਨੋਟਾਕ ਵਾਲੇ ਨਾ ਕਰਤਾ। ਪਰ ਇਹ ਇੱਥੇ ਇੱਕ ਬਹੁਤ ਟੈਕਨੀਕਲ ਪੁਆਇੰਟ ਆ ਕਿ ਉਹ ਬੰਦੇ ਅੱਜ ਹੀ ਨਹੀਂ ਆਏ ਹੈਗੇ। ਉਹਨਾਂ ਨੇ ਜਾਣਬੁੱਝ ਕੇ ਇਸ ਗੁਫਾ ਛੱਡਿਆ ਕਿ ਦੂਜੇ ਲੋਕਾਂ ਨੂੰ ਅਸੀਂ ਡਰਾ ਲਈਏ ਵੀ ਇਹ ਗੱਲ ਨਹੀਂ ਕਰਨੀ ਇਹ ਇੱਕ ਪਲਾਨਡ ਨਾਲ ਕੀਤਾ ਹੋਇਆ ਕਤਲ ਆ ਇਹਦੀ ਪੁਲਿਸ ਪ੍ਰਸ਼ਾਸਨ ਕਿਉਂਕਿ ਆ ਗੱਲ ਤਾਂ ਉਹਨਾਂ ਨੇ ਵੀ ਸੁਣਨੀ ਆ ਹੁਣ ਉਹ ਸਸਤੇ 'ਚ ਨਾ ਲੈਣ ਅਸੀਂ ਉਸ ਨੌਜਵਾਨ ਦੀ ਮਿੱਟੀ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਉਸ ਨੌਜਵਾਨ ਦੀ ਮਿੱਟੀ ਨੂੰ ਸੰਭਾਲਣ ਤੋਂ ਪਹਿਲਾਂ ਉਹਦੇ ਕਾਤਲ ਵੀ ਫੜਵਾਉਣੇ ਚਾਹੁੰਦੇ ਆ। ਇਹ ਨਹੀਂ ਹੈਗਾ ਇਕੱਲਾ ਕਿ ਉਹਦੀ ਮਿੱਟੀ ਸੰਭਾਲ ਦੋ, ਕੌਮ ਨਵੇੜ ਦੋ, ਸਸਕਾਰ ਹੋ ਗਿਆ ਤੂੰ ਕੌਣ ਮੈਂ ਕੌਣ ਨਾ। ਪ੍ਰਸ਼ਾਸਨ ਕਿਉਂਕਿ ਨੇ ਸਾਰਾ ਕੁਝ ਵੇਖਿਆ ਹੋਇਆ ਪ੍ਰਸ਼ਾਸਨ ਨੇ, ਉਹ ਸਾਨੂੰ ਜਾਣਦੇ ਆ। 20 ਆ ਜਾਣਗੇ ਸਾਡੀ ਆਵਾਜ਼ ਤੇ, 20000 ਨਾ ਆਏਗਾ ਪਰ 20 ਹੋਣਗੇ ਜਿਹੜੇ ਜਾਣਗੇ ਨਹੀਂ। ਜਾਣਗੇ। بس گل ختم ਅਸੀਂ ਉਹਨਾਂ ਚ ਇਹ ਗੱਲ ਨਹੀਂ ਕਰਨ ਦੇ ਮੂਡ 'ਚ ਜਿੰਨਾ ਚਿਰ ਉਹਦੇ ਕਾਤਲ ਨਹੀਂ ਲੱਭਦੇ ਅਸੀਂ ਹਜੇ ਸਸਕਾਰ ਨੂੰ ਪੋਸਟਪੋਨ ਕੀਤਾ ਹੋਇਆ ਜੀ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਜੀ ਮਿਹਰਬਾਨੀ